कोरोना ਸੰਕਟ ਦਰਮਿਆਨ ਅੱਜ ਤੋਂ ਸੰਸਦ ਦੇ ਮੌਨਸੂਨ اجلاس ਦੀ ਕਾਰਵਾਈ ਸ਼ੁਰੂ ਹੋ ਗਈ ਹੈ ਜੋ ਕਿ 1 ਬਈ ਤੱਕ ਚੱਲੀ ਰਹੇਗੀ। ਅੱਜ ਸਵੇਰੇ 9 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਸਪੀਕਰ ਓਮ ਬਿਰਲਾ ਨੇ ਸਾਬਕਾ ਰਾਸ਼ਟਰਪਤੀ ਪ੍ਰਮੁੱਖਰ ਜੀ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਤੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਤਸਦੀਕ ਰਾਜ ਸਭਾ ਦੀ ਕਾਰਵਾਈ ਆ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗੀ। 14 ਸਤੰਬਰ ਤੋਂ 1 ਅਕਤੂਬਰ ਤੱਕ ਚੱਲੀ ਰਹਿਣ ਵਾਲੇ ਸੰਸਦ ਦੇ ਮੌਨਸੂਨ اجلاس ਦੌਰਾਨ ਕੇਂਦਰ ਸਰਕਾਰ ਦੀ ਤਈ ਬਿਲਾਂ ਨੂੰ ਪਾਸ ਕਰਾਉਣ ਤੇ ਨਜ਼ਰ ਰਹੇਗੀ ਅਤੇ ਵਿਰੋਧੀ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਕੇਰਨ ਦੀ ਤਿਆਰੀ ਵਿੱਚ ਨੇ ਸੋ ਕਰੋਨਾ ਸੰਕਟ ਵਿਚਾਲੇ ਸੰਸਦ ਦੇ ਮੌਨਸੂਨ اجلاس ਦੀ ਸ਼ੁਰੂਆਤ ਹੋਈ ਹਾਲਕਿ ਸੋਸ਼ਲ ਡਿਸਟੈਂਸਿੰਗ ਮਾਸਕ ਅਤੇ ਸ਼ੀਲਡ ਦੇ ਨਾਲ ਇਹ ਮੌਨਸੂਨ اجلاس ਦੀ ਸ਼ੁਰੂਆਤ ਹੋਈ ਕਰੋਨਾ ਸੰਕਟ ਦਰਮਿਆਨ ਇਹ ਤਬਦੀਲੀ ਨਜ਼ਰ ਆਈ ਤਸਵੀਰਾਂ ਵਿੱਚ ਵੀ ਨਜ਼ਰ ਆ ਰਿਹਾ ਹੈ कि ਦੂਰ ਦੂਰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਇਹਨਾਂ ਨੂੰ ਬਿਠਾਇਆ ਗਿਆ ਹੈ ਸੋ ਸੰਸਦ ਦੇ ਮੌਨਸੂਨ اجلاس ਦੀ ਕਾਰਵਾਈ ਜੋ ਹੈ ਸ਼ੁਰੂ ਹੋਈ ਹੈ ਸਵੇਰੇ 9 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤੇ ਸਪੀਕਰ ਓਮ ਬਿਰਲਾ ਨੇ ਸਾਬਕਾ ਰਾਸ਼ਟਰਪਤੀ ਪ੍ਰਣਮ ਅਖਰ ਜੀ ਨੂੰ ਸ਼ੁਦਾਂ ਦਿੱਤੀ ਤੇ ਹੋਰ ਵੀ ਵਿਛੜੀ ਰੂਹਾਂ ਨੂੰ ਸ਼ੁਦਾਂ ਦਿੱਤੀ ਗਈ ਸਾਬਕਾ ਰਾਸ਼ਟਰਪਤੀ ਨੂੰ ਸ਼ੁਦਾਂ ਜੀ ਦਿੰਦਿਆਂ ਉਹਨਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਦੱਸਿਆ ਕਿ ਰਾਜ ਸਭਾ ਦੀ ਕਾਰਵਾਈ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗੀ 14 ਸਤੰਬਰ ਤੋਂ 1 ਅਕਤੂਬਰ ਤੱਕ ਇਹ اجلاس ਜਾਰੀ ਰਹੇਗਾ